ਸਤਿ ਸ਼੍ਰੀ ਅਕਾਲ, ਅਜੀਤ ਵੈਬ ਟੀਵੀ ਦੇਖ ਰਹੇ ਸਾਰੇ ਦਰਸ਼ਕਾਂ ਦਾ ਸਵਾਗਤ ਹੈ। ਮੈਂ ਹਾਂ ਹਰਪ੍ਰੀਤ ਕੌਰ ਤੇ ਅਜੀਤ ਖਬਰਾਂ ਦੇ ਇਸ ਬੁਲੇਟਿਨ ਵਿੱਚ ਸਭ ਤੋਂ ਪਹਿਲਾਂ ਨਜ਼ਰ ਮਾਰਦੇ ਹਾਂ ਅੱਜ ਦੀਆਂ ਖਾਸ ਖਾਸ ਖਬਰਾਂ ਤੇ। ਪਟਿਆਲਾ ਪੁਲਿਸ ਨੂੰ ਮਿਲੀ ਵੱਡੀ ਸਫਲਤਾ, ਕਰੋੜਾਂ ਦੀ ਠੱਗੀ ਮਾਰਨ ਵਾਲਾ ਗਿਰੋਹ ਫੜਿਆ। ਰਾਜਸਥਾਨ ਵਿੱਚ ਵਾਪਰਿਆ ਦਰਦਨਾਕ ਸੜਕ ਹਾਦਸਾ, 13 ਮੌਤਾਂ। ਮਨਪ੍ਰੀਤ ਸਿੰਘ ਬਾਦਲ ਦੇ ਦਫ਼ਤਰ ਨੂੰ ਜਾਣ ਵਾਲੀ ਸੜਕ ਕਿਸਾਨਾਂ ਨੇ ਕੀਤੀ ਜਾਮ। ਸੁਖਬੀਰ ਬਾਦਲ ਦਾ ਵੱਡਾ ਬਿਆਨ, ਕਿਹਾ ਭਾਜਪਾ ਨੇ ਗੱਠਜੋੜ ਦੀ ਮਰਿਆਦਾ ਨਹੀਂ ਨਿਭਾਈ। ਤੇ ਅਟਾਰੀ ਸਰਹੱਦ ਨੇੜੇ ਮਿਲਿਆ ਇੱਕ ਹੋਰ ਡਰੋਨ। ਤੇ ਹੁਣ ਖਬਰਾਂ ਵਿਸਥਾਰ ਨਾਲ। ਪਟਿਆਲਾ ਪੁਲਿਸ ਨੇ ਅੱਜ ਕਰੀਬ 1,22,00,000 ਰੁਪਏ ਦੀ ਠੱਗੀ ਮਾਰਨ ਵਾਲੇ 3 ਵਿਅਕਤੀਆਂ ਨੂੰ ਗ੍ਰਿਫਤਾਰ ਕੀਤਾ ਹੈ। ਪਟਿਆਲਾ ਦੇ SSP ਮਨਦੀਪ ਸਿੰਘ ਸਿੱਧੂ ਨੇ ਅੱਜ ਪ੍ਰੈਸ ਕਾਨਫਰੰਸ ਦੌਰਾਨ ਦੱਸਿਆ ਕਿ ਸਮਾਜ ਵਿਰੋਧੀ ਅਨਸਰਾਂ ਖਿਲਾਫ਼ ਚਲਾਈ ਮੁਹਿੰਮ ਤਹਿਤ ਪੁਲਿਸ ਨੇ ਠੱਗੀ ਮਾਰਨ ਵਾਲੇ 5 ਵਿਅਕਤੀਆਂ ਨੂੰ ਗ੍ਰਿਫਤਾਰ ਕੀਤਾ ਹੈ। ਇਹਨਾਂ ਵਿੱਚ 3 ਮਰਦ ਤੇ 2 ਔਰਤਾਂ ਸ਼ਾਮਲ ਨੇ। ਉਹਨਾਂ ਦੱਸਿਆ ਕਿ ਇਹਨਾਂ ਨੇ ਪ੍ਰੀਪੇਡ ATM ਕਾਰਡਾਂ ਨਾਲ ਛੇੜਛਾੜ ਕਰਕੇ ਲਿਮਿਟ ਤੋਂ ਵੱਧ ਕਰੀਬ 1,22,00,000 ਰੁਪਏ ਕਢਵਾ ਕੇ ਇਸ ਪੈਸੇ ਨਾਲ ਸੋਨਾ, ਇੱਕ ਬਲੈਰੋ ਗੱਡੀ ਤੇ ਇੱਕ ਐਕਟਿਵਾ ਖਰੀਦੀ ਸੀ। ਉਹਨਾਂ ਦੱਸਿਆ ਕਿ ਦੋਸ਼ੀਆਂ ਵਿਰੁੱਧ ਥਾਣਾ ਤ੍ਰਿਪੜੀ ਪਟਿਆਲਾ ਵਿਖੇ ਮੁਕੱਦਮਾ ਦਰਜ ਕਰ ਲਿਆ ਗਿਆ ਹੈ। ਜਿਵੇਂ ਕਿ ਪਟਿਆਲਾ ਪੁਲਿਸ ਦੇ ਸਾਈਬਰ ਸੈੱਲ ਵੱਲੋਂ ਕਈ ਪਹਿਲਾਂ 2-3 ਪੰਜਾਬ ਲੈਵਲ ਦੇ ਬਹੁਤ ਵੱਡੇ ਕੇਸਿਸ ਆ ਜਿਹੜੇ ਟਰੈਕ ਕੀਤੇ ਆ। ਉਸੇ ਢੰਗ ਨਾਲ ਹੀ ਜਿਹੜੀ ਉਹਨੂੰ ਜਿਹੜਾ ਜਨ ਸਮਾਲ ਫਾਈਨਾਂਸ ਬੈਂਕ ਹੈ ਜਿਹੜਾ, ਉਹਦੇ ਵਿੱਚੋਂ ਸਾਨੂੰ ਇੱਕ ਕੰਪਲੇਂਟ ਦਿੱਤੀ ਸੀ। ਉਹਨਾਂ ਨੇ ਇਹ ਕਿਹਾ ਸੀ ਵੀ ਸਾਡੇ ਜਿਹੜੇ ਪੈਸੇ ਹੈ ਉਹਦੇ ਵਿੱਚੋਂ ਉਹਨਾਂ ਨੇ ਜਿਹੜੇ ਇਸ ਢੰਗ ਨਾਲ ਪਿਛਲੇ 2 ਮਹੀਨਿਆਂ 'ਚ 1.25 ਕਰੋੜ ਦੇ ਕਰੀਬ ਆ ਜਿਹੜਾ ਪੈਸਾ ਵਿਦਡਰਾਅ ਹੋ ਗਿਆ। ਉਹਦੇ ਵਿੱਚੋਂ ਅਸੀਂ ਜਿਹੜੇ 5 ਜਣਿਆਂ ਨੂੰ ਗ੍ਰਿਫਤਾਰ ਕਰ ਲਿਆ। ਮੋਡਸ ਪ੍ਰਿੰਡੀ ਇਹਨਾਂ ਨੇ ਇਹਦੇ ਵਿੱਚੋਂ ਗੋਲਡ ਖਰੀਦਿਆ, ਗੋਲਡ ਖਰੀਦ ਕੇ ਫਿਰ ਵਹੀਕਲ ਖਰੀਦੇ, ਬਲੈਰੋ ਵਹੀਕਲ ਖਰੀਦਿਆ, ਫਿਰ ਉਸ ਤੋਂ ਇਲਾਵਾ ਜਿਹੜੇ ਇੱਕ ਸਕੂਟਰ ਖਰੀਦਿਆ। ਅਤੇ ਉਹ ਅਸੀਂ ਲਗਭਗ 5 ਆਦਮੀ, ਉਹਦੇ 'ਚੋਂ 2 ਲੇਡੀਜ਼ ਅਤੇ 3 ਆਦਮੀ ਗ੍ਰਿਫਤਾਰ ਕਰ ਲਏ ਆ। ਅਤੇ ਉਹਦੇ 'ਚੋਂ ਸਾਨੂੰ ਕਰੀਬ 40 ਲੱਖ ਦੇ ਕਰੀਬ ਦਾ ਗੋਲਡ ਰਿਕਵਰ ਹੋ ਗਿਆ। ਉਸ ਤੋਂ ਇਲਾਵਾ ਬਲੈਰੋ ਵਹੀਕਲ ਹੋ ਗਿਆ, ਹੋਂਡਾ ਐਕਟਿਵਾ ਹੋ ਗਿਆ, ਅਤੇ 28 ਤੋਲੇ ਦੇ ਕਰੀਬ ਜਿਹੜਾ ਸੋਨਾ ਜਿਹੜਾ ਮਹਿਤੂਸ ਫਾਈਨਾਂਸ ਨੂੰ 6 ਲੱਖ ਰੁਪਇਆ ਦੇ ਕੇ ਕੀਤਾ, ਉਹ ਰਿਕਵਰ ਹੋ ਗਿਆ। ਉਸ ਤੋਂ ਇਲਾਵਾ ਕਰੀਬ 8-10 ਲੱਖ ਰੁਪਏ ਇਹਨਾਂ ਦੇ ਬੈਂਕ ਦੇ ਵਿੱਚ, ਉਹ ਬੈਂਕ ਨੂੰ ਵੀ ਅਸੀਂ ਲਿਖਤਾ ਹੋਰ ਬੈਂਕ ਦੇ ਵਿੱਚ ਹੈ ਵੀ ਇਹਨਾਂ ਦਾ ਸੀਜ਼ ਕਰਨ ਲਈ। ਆਏ ਦਿਨ ਦੇਸ਼ ਭਰ ਵਿੱਚ ਦਰਦਨਾਕ ਸੜਕ ਹਾਦਸੇ ਵਾਪਰ ਰਹੇ ਨੇ, ਜਿਨ੍ਹਾਂ ਵਿੱਚ ਹੁਣ ਤੱਕ ਅਨੇਕਾਂ ਲੋਕ ਆਪਣੀਆਂ ਜਾਨਾਂ ਗੁਆ ਚੁੱਕੇ ਨੇ। ਇਹਨਾਂ ਹਾਦਸਿਆਂ ਦਾ ਮੁੱਖ ਕਾਰਨ ਤੇਜ਼ ਰਫ਼ਤਾਰ ਹੈ, ਜਿਸ ਕਾਰਨ ਭਿਆਨਕ ਸੜਕ ਹਾਦਸੇ ਵਾਪਰਦੇ ਨੇ। ਅਜਿਹਾ ਹੀ ਇੱਕ ਹੋਰ ਦਰਦਨਾਕ ਸੜਕ ਹਾਦਸਾ ਰਾਜਸਥਾਨ ਦੇ ਜੋਧਪੁਰ ਜ਼ਿਲ੍ਹੇ ਦੇ ਬਾਲੇਸਰ ਨੇੜੇ ਵਾਪਰਿਆ, ਜਿਸ ਵਿੱਚ 13 ਲੋਕਾਂ ਦੀ ਮੌਤ ਹੋ ਗਈ ਅਤੇ 8 ਹੋਰ ਲੋਕਾਂ ਦੇ ਜ਼ਖਮੀ ਹੋਣ ਦੀ ਸੂਚਨਾ ਹੈ। ਜ਼ਖਮੀ ਹੋਏ ਲੋਕਾਂ ਨੂੰ ਨੇੜੇ ਦੇ ਨਿੱਜੀ ਹਸਪਤਾਲ ਵਿੱਚ ਇਲਾਜ ਲਈ ਦਾਖਲ ਕਰਵਾਇਆ ਗਿਆ। ਜਾਣਕਾਰੀ ਮੁਤਾਬਕ ਇਹ ਹਾਦਸਾ ਉਸ ਸਮੇਂ ਵਾਪਰਿਆ ਜਦੋਂ ਅਚਾਨਕ ਇੱਕ ਯਾਤਰੀ ਬੱਸ ਦਾ ਟਾਇਰ ਫਟਣ ਕਾਰਨ ਸਾਹਮਣੇ ਆ ਰਹੀ ਜੀਪ ਨਾਲ ਉਹ ਟਕਰਾ ਗਈ। ਉੱਧਰ ਘਟਨਾ ਦੀ ਸੂਚਨਾ ਮਿਲਦਿਆਂ ਹੀ ਸਥਾਨਕ ਪੁਲਿਸ ਮੌਕੇ 'ਤੇ ਪਹੁੰਚ ਗਈ ਅਤੇ ਲਾਸ਼ਾਂ ਨੂੰ ਪੋਸਟਮਾਰਟਮ ਲਈ ਭੇਜ ਕੇ ਜਾਂਚ ਸ਼ੁਰੂ ਕਰ ਦਿੱਤੀ ਹੈ। ਕਿਰਤੀ ਕਿਸਾਨ ਯੂਨੀਅਨ ਦਾ ਧਰਨਾ ਪ੍ਰਦਰਸ਼ਨ ਅੱਜ 3ਜੇ ਦਿਨ ਵੀ ਬਠਿੰਡਾ ਵਿੱਚ ਜਾਰੀ ਰਿਹਾ। ਕਿਸਾਨ ਜਥੇਬੰਦੀਆਂ ਦੁਆਰਾ ਵਿੱਤ ਮੰਤਰੀ ਮਨਪ੍ਰੀਤ ਸਿੰਘ ਬਾਦਲ ਦੇ ਦਫ਼ਤਰ ਦੇ ਬਾਹਰ ਧਰਨਾ ਪ੍ਰਦਰਸ਼ਨ ਕਰਨਾ ਸੀ, ਪਰ ਪੁਲਿਸ ਪ੍ਰਸ਼ਾਸਨ ਦੁਆਰਾ ਕਿਸਾਨਾਂ ਨੂੰ ਵਿੱਤ ਮੰਤਰੀ ਦੇ ਦਫ਼ਤਰ ਦੇ ਬਾਹਰ ਧਰਨਾ ਪ੍ਰਦਰਸ਼ਨ ਨਹੀਂ ਕਰਨ ਦਿੱਤਾ ਗਿਆ, ਜਿਸ ਦੇ ਬਾਅਦ ਕਿਸਾਨਾਂ ਦੁਆਰਾ ਮਨਪ੍ਰੀਤ ਸਿੰਘ ਬਾਦਲ ਦੇ ਦਫ਼ਤਰ ਨੂੰ ਜਾਣ ਵਾਲੀ ਸੜਕ 'ਤੇ ਜਾਮ ਲਗਾ ਕੇ ਧਰਨਾ ਪ੍ਰਦਰਸ਼ਨ ਕੀਤਾ ਗਿਆ। ਪ੍ਰਦਰਸ਼ਨ ਦੌਰਾਨ ਕਿਸਾਨਾਂ ਨੇ ਕਿਹਾ ਕਿ ਜਦ ਤੱਕ ਕਿਸਾਨਾਂ ਦਾ ਕਰਜ਼ਾ ਮਾਫ਼ ਨਹੀਂ ਹੋ ਜਾਂਦਾ, ਉਦੋਂ ਤੱਕ ਉਹਨਾਂ ਦਾ ਧਰਨਾ ਪ੍ਰਦਰਸ਼ਨ ਜਾਰੀ ਰਹੇਗਾ। ਸੂਬਾ ਕਮੇਟੀ ਦੇ ਸੱਦੇ 3 ਰੋਜ਼ੇ ਮੋਰਚੇ ਲਾਏ ਹੋਏ ਸੀ, ਅੱਜ ਲਾਸਟ ਦੇਣਾ। ਅਸੀਂ DC ਬਠਿੰਡਾ ਤੋਂ ਲਾ ਕੇ ਮਨਪ੍ਰੀਤ ਦੇ ਦਫ਼ਤਰ ਤੱਕ ਰੋਸ ਮਾਰਚ ਕੀਤਾ ਕਿ ਜਿਹੜਾ ਚੋਣਾਂ ਵੇਲੇ ਤੁਸੀਂ ਵਾਅਦਾ ਕੀਤਾ ਸੀ ਕਰਜ਼ੇ ਮਾਫੀ ਦਾ, ਨੌਕਰੀਆਂ ਦਾ, ਚਿੱਟਾ ਖਤਮ ਕਰਨ ਦਾ, ਇੱਕ ਵੀ ਸਰਕਾਰ ਨੇ 2.5 ਸਾਲਾਂ 'ਚ ਵਾਅਦਾ ਨਹੀਂ ਪੂਰਾ ਕੀਤਾ। ਆ ਜਿੰਨੇ ਮਗਰ ਖੜ੍ਹੇ ਆ 5 ਏਕੜ ਵਾਲੇ ਕਿਸਾਨ ਆ ਜਿਹੜੇ ਕਰਜ਼ੇ ਦੇ ਘੇਰੇ ਦੇ ਵਿੱਚ ਆਉਣ ਵਾਲੇ ਆ, ਸਰਕਾਰ ਕਰਜ਼ੇ ਤੋਂ ਭੱਜ ਚੁੱਕੀ ਆ। ਇਹਨਾਂ ਵਾਅਦਿਆਂ ਲਾਗੂ ਕਰਾਉਣ ਦੀ ਖਾਤਰ ਅਸੀਂ ਮੋਰਚੇ ਸ਼ੁਰੂ ਕੀਤੇ ਸੀ, ਅੱਜ ਲਾਸਟ ਸਮਾਪਤ ਆ ਮੋਰਚੇ। ਮਨਪ੍ਰੀਤ ਦੇ ਦਫ਼ਤਰ ਕੋਲ ਲਿਆ ਕੇ ਅਸੀਂ ਮਾਰਚ ਕੀਤਾ। ਜੇ ਸਰਕਾਰ ਨੇ ਸਾਡੀ ਗੱਲ ਨਾ ਸੁਣੀ, ਆਉਣ ਵਾਲੇ ਦਿਨਾਂ ਤਿੱਖਾ ਸੰਘਰਸ਼ ਕਰਕੇ ਅਤੇ ਜਿਹੜੀ ਬਾਕੀ ਦੀ ਫਿਲਮ ਆ ਉਹ ਮਨਪ੍ਰੀਤ ਨੂੰ ਅਤੇ ਜਿਹੜਾ ਕੈਪਟਨ ਆ ਉਹਨੂੰ ਅਸੀਂ ਆਉਣ ਵਾਲੇ ਦਿਨਾਂ 'ਚ ਸਬਕ ਸਿਖਾਵਾਂਗੇ। ਲੋਕਾਂ ਦੀ ਤਾਤ ਨਾਲ ਧੌ 'ਤੇ ਗੋਡਾ ਧਰ ਕੇ ਕਿਸਾਨਾਂ ਦੇ ਕਰਜ਼ੇ 'ਤੇ ਲੀਖ ਫਰਾਵਾਂਗੇ। ਆਉਣ ਵਾਲੇ ਦਿਨਾਂ ਸੂਬਾ ਕਮੇਟੀ ਦੀ ਮੀਟਿੰਗ ਕਰਕੇ ਅਗਲੇ ਸੰਘਰਸ਼ ਦਾ ਐਲਾਨ ਕਰਾਂਗੇ। ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਤੇ ਫਿਰੋਜ਼ਪੁਰ ਤੋਂ ਲੋਕ ਸਭਾ ਮੈਂਬਰ ਸੁਖਬੀਰ ਸਿੰਘ ਬਾਦਲ ਤੇ ਕੇਂਦਰੀ ਮੰਤਰੀ ਹਰਸਿਮਰਤ ਕੌਰ ਬਾਦਲ ਅੱਜ ਸ੍ਰੀ ਦਰਬਾਰ ਸਾਹਿਬ ਨਾਲ ਨਤਮਸਤਕ ਹੋਏ। ਇਸ ਉਪਰੰਤ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਸੁਖਬੀਰ ਬਾਦਲ ਨੇ ਕਿਹਾ ਕਿ ਭਾਜਪਾ ਨੇ ਗੱਠਜੋੜ ਦੀ ਮਰਿਆਦਾ ਨਹੀਂ ਨਿਭਾਈ, ਜਦਕਿ ਅਕਾਲੀ ਦਲ ਨੇ ਹਮੇਸ਼ਾ ਗੱਠਜੋੜ ਦੀ ਭਾਈਵਾਲ ਭਾਜਪਾ ਦਾ ਸਾਥ ਦਿੱਤਾ ਹੈ। ਉਹਨਾਂ ਕਿਹਾ ਕਿ ਸ਼੍ਰੋਮਣੀ ਅਕਾਲੀ ਦਲ ਹੁਣ ਇਕੱਲਿਆਂ ਆਪਣੇ ਦਮ 'ਤੇ ਹਰਿਆਣਾ ਵਿਧਾਨ ਸਭਾ ਚੋਣਾਂ ਲੜੇਗਾ।
ਇਸ ਦੇ ਨਾਲ ਹੀ 550 ਸਾਲਾ ਸ਼ਤਾਬਦੀ ਸਮਾਗਮਾਂ ਨੂੰ ਲੈ ਕੇ ਚੱਲ ਰਹੀਆਂ ਤਿਆਰੀਆਂ ਦਾ ਨਿਰੀਖਣ ਕਰਨ ਲਈ ਬੀਬਾ ਬਾਦਲ ਸਥਾਨਕ ਗੁਰਦੁਆਰਾ ਸ੍ਰੀ ਬੇਰ ਸਾਹਿਬ ਪੁੱਜੇ ਤੇ ਕਾਰਜਾਂ ਦਾ ਜਾਇਜ਼ਾ ਲਿਆ। ਦੇਖੋ, ਇੱਕ ਮਰਿਆਦਾ ਹੁੰਦੀ ਹੈ ਰਿਲੇਸ਼ਨਸ਼ਿਪ ਦੀ। ਜਿਹੜਾ BJP ਨੇ ਸਾਡੇ MLA ਨੂੰ, ਸਿਟਿੰਗ MLA ਨੂੰ ਜੁਆਇਨ ਕਰਾਇਆ ਹੈ, ਇਟ ਇਜ਼ ਅਨਐਥੀਕਲ ਐਂਡ ਉਹ ਮਰਿਆਦਾ ਭੰਗ ਕੀਤੀ ਹੈ। ਸੋ ਸ਼੍ਰੋਮਣੀ ਅਕਾਲੀ ਦਲ ਹੈਜ਼ ਡਿਸਾਈਡਿਡ ਕਿ ਹਰਿਆਣੇ 'ਚ ਅਸੀਂ ਇਕੱਲੇ ਲੜਾਂਗੇ। ਨਹੀਂ, ਪੰਜਾਬ ਸਾਡੀ ਅਲਾਇੰਸ ਹੈ, ਕੋਈ ਪੰਜਾਬ 'ਚ ਕੋਈ ਪ੍ਰੋਬਲਮ ਨਹੀਂ। ਪੰਜਾਬ ਅਤੇ ਦਿੱਲੀ 'ਚ ਸਾਡੀ ਅਲਾਇੰਸ ਪੂਰੀ ਕਾਇਮ ਹੈ। ਦੇਖੋ, ਗੱਲ ਹੈ ਕਿ ਸਾਡੀ ਅਲਾਇੰਸ ਪਹਿਲੇ ਵੀ ਨਹੀਂ ਸੀ, ਪਰ ਸਾਡੇ ਨਾਲ ਕਮਿਟਮੈਂਟ ਸੀ, ਅਸੀਂ ਪੁਰਾਣੇ ਉਹਨਾਂ ਦੇ ਸਾਥੀ ਹੈ। ਫਿਰ ਵੀ ਜਿਹੜਾ ਕੰਮ ਕੀਤਾ ਸਟਰੋਂਗਲੀ ਕੰਡੈਮੇਬਲ ਹੈ। ਕੋਈ ਜਿਹੜੇ ਸਪੈਸ਼ਲੀ ਇੱਕ ਉਸ ਪਾਰਟੀ ਨਾਲ ਜਿਸ ਪਾਰਟੀ ਨੇ ਉਹਨਾਂ ਨਾਲ ਪੂਰੀ ਜ਼ਿੰਦਗੀ ਸਾਥ ਦਿੱਤਾ, ਉਸ ਪਾਰਟੀ ਨਾਲ ਇਹੋ ਜਿਹਾ ਕੰਮ ਕਰਨਾ ਵਿਚ ਇਜ਼ ਵੈਰੀ ਅਨਫੋਰਚੁਨੇਟ ਐਂਡ ਸਟਰੋਂਗਲੀ ਕੰਡੈਮ ਕਰਦੀ ਸਾਡੀ ਪਾਰਟੀ। ਅੰਮ੍ਰਿਤਸਰ ਜ਼ਿਲ੍ਹੇ ਵਿੱਚ ਅਟਾਰੀ ਸਰਹੱਦ ਨੇੜਲੇ ਪਿੰਡ ਮਾਹਵਾ ਕੋਲ ਇੱਕ ਹੋਰ ਡਰੋਨ ਮਿਲਣ ਦੀ ਸੂਚਨਾ ਮਿਲੀ ਹੈ। ਜਾਣਕਾਰੀ ਮੁਤਾਬਕ ਇਸ ਦੌਰਾਨ ਇੱਕ ਸ਼ਖਸ ਨੂੰ ਵੀ ਪੁਲਿਸ ਨੇ ਹਿਰਾਸਤ ਵਿੱਚ ਲਿਆ ਹੈ। ਇਹ ਡਰੋਨ ਅੱਤਵਾਦੀ ਆਕਾਸ਼ਦੀਪ ਦੀ ਨਿਸ਼ਾਨਦੇਹੀ 'ਤੇ ਬਰਾਮਦ ਕੀਤਾ ਗਿਆ ਹੈ, ਜਿਸ ਤੋਂ ਬਾਅਦ ਪੂਰੇ ਇਲਾਕੇ ਵਿੱਚ ਦਹਿਸ਼ਤ ਦਾ ਮਾਹੌਲ ਬਣਿਆ ਹੋਇਆ ਹੈ। ਮਿਲੀ ਜਾਣਕਾਰੀ ਮੁਤਾਬਕ ਇਸ ਡਰੋਨ ਨੂੰ ਲੁਕਾ ਕੇ ਰੱਖਿਆ ਗਿਆ ਸੀ। ਫਿਲਹਾਲ ਪੁਲਿਸ ਵੱਲੋਂ ਮੌਕੇ 'ਤੇ ਪੁੱਜ ਕੇ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ। ਦੱਸ ਦਈਏ ਕਿ ਕੁਝ ਦਿਨ ਪਹਿਲਾਂ ਹੀ ਪਾਕਿਸਤਾਨ ਵੱਲੋਂ ਭਾਰਤ ਵਿੱਚ ਡਰੋਨ ਰਾਹੀਂ ਹਥਿਆਰਾਂ ਦੀ ਖੇਪ ਪਹੁੰਚਾਈ ਗਈ ਸੀ। 22 ਤਰੀਕ ਨੂੰ ਆਕਾਸ਼ਦੀਪ ਦੇ ਨਾਲ 4 ਅੱਤਵਾਦੀ ਟੋਟਲ ਆਪਾਂ ਫੜੇ ਸੀਗੇ, ਆਕਾਸ਼ਦੀਪ ਦੇ ਸਮੇਤ। ਉਹਨਾਂ ਕੋਲੋਂ 1.47 ਹੋਰ ਗੋਲਾ ਬਰੂਦ, ਜਾਲੀ ਕਰੰਸੀ ਬਰਾਮਦ ਹੋਈ ਸੀ। ਅਤੇ 3 ਤਰੀਕ ਤੱਕ ਇਹਦਾ ਰਿਮਾਂਡ ਸੀਗਾ। ਰਿਮਾਂਡ ਦੇ ਦੌਰਾਨ ਇਹਨੇ ਮੰਨਿਆ ਸੀਗਾ ਵੀ ਮੈਂ ਇੱਕ ਡਰੋਨ ਜਿਹੜਾ ਆ ਉਹ ਝਵਾਲੀ, ਇਹਦੇ ਵਿੱਚ ਸਾੜ ਕੇ ਡਿਸਟਰਾਏ ਕੀਤਾ, ਔਰ ਇੱਕ ਇਸ ਏਰੀਏ ਵਿੱਚ ਮਾਵ ਏਰੀਏ ਦੇ ਵਿੱਚ ਉਹਨੇ ਨਕਾਸ਼ ਪਾ ਕੇ ਰੱਖਿਆ, ਜਦੋਂ ਵਾਪਸ ਜਾਂਦੇ ਸਮੇਂ ਕ੍ਰੈਸ਼ ਹੋ ਗਿਆ ਸੀ। ਗੋਡਾਊਨ ਸੀਗਾ, ਪੁਰਾਣਾ ਸੈਲਰ ਸੀਗਾ ਜਿਹੜਾ, ਉਹ SBI ਬੈਂਕ ਦੇ ਕੋਲ ਗਿਰਵੀ ਪਿਆ ਆ ਪਿਛਲੇ 10 ਸਾਲ ਤੋਂ, ਤੇ ਉਹ ਬੰਦ ਸੀ, ਬੇਆਵਾਦ ਸੀ। ਉਹਨਾਂ ਨੇ ਯੂਜ਼ ਕੀਤਾ ਇਸ ਕੰਮ ਵਾਸਤੇ, ਡਿਸਟਰੋਏ ਕਰਨ ਵਾਸਤੇ। ਇੱਥੇ ਦਾ ਜਿਹੜਾ ਸੀ ਉਹ ਕ੍ਰੈਸ਼ ਹੋ ਗਿਆ, ਕ੍ਰੈਸ਼ ਹੋ ਗਿਆ ਸੀ। ਅੱਛਾ, ਇਸ ਤੋਂ ਇਲਾਵਾ ਹੋਰ ਵੀ ਕੋਈ ਜਾਣਕਾਰੀ ਦਿੱਤੀ ਜੀ? ਕਿਹਨੇ ਅਜੇ ਕੋਈ ਹੋਰ ਜਾਣਕਾਰੀ ਨਹੀਂ, ਪੁੱਛ ਕੇ ਚੱਲ ਰਹੀ ਹੈ, ਜਿੱਦਾਂ ਵੀ ਕੋਈ ਹੋਈ ਵੀ ਗੱਲਬਾਤ ਦੱਸੀ ਹੈ। ਗੁਰਾਇਆਂ ਦੇ ਨੇੜਲੇ ਪਿੰਡ ਦੋਸਾਂਝ ਕਲਾਂ ਦੀ ਨਵੀਂ ਆਬਾਦੀ ਵਿੱਚ ਦਿਨ ਦਿਹਾੜੇ ਇੱਕ ਦਿਓਰ ਵੱਲੋਂ ਭਰਜਾਈ ਦਾ ਤੇਜ਼ਧਾਰ ਹਥਿਆਰ ਨਾਲ ਕਤਲ ਕਰ ਦਿੱਤਾ ਗਿਆ। ਜਾਣਕਾਰੀ ਦਿੰਦਿਆਂ ਥਾਣਾ ਮੁਖੀ ਗੁਰਾਇਆਂ ਕੇਵਲ ਸਿੰਘ ਨੇ ਦੱਸਿਆ ਕਿ ਮ੍ਰਿਤਕ ਔਰਤ ਜਸਵਿੰਦਰ ਕੌਰ ਦੀ ਵੱਡੀ ਲੜਕੀ ਪ੍ਰਿਆ ਅਨੁਸਾਰ ਉਸਦਾ ਭਰਾ ਵਿਦੇਸ਼ ਵਿੱਚ ਰਹਿੰਦਾ ਹੈ। ਵੀਰਵਾਰ ਨੂੰ ਉਸਦੀ ਮਾਂ ਜਸਵਿੰਦਰ ਕੌਰ ਉਸਦੇ ਚਾਚੇ ਦੇ ਘਰ ਦੁਪਹਿਰ ਨੂੰ ਗਈ, ਜਿੱਥੇ ਕਿਸੇ ਗੱਲ ਨੂੰ ਲੈ ਕੇ ਦੋਵਾਂ ਵਿਚਕਾਰ ਤਕਰਾਰ ਹੋ ਗਈ। ਉਸਦੇ ਚਾਚੇ ਪਵਨ ਕੁਮਾਰ ਪੁੱਤਰ ਬਲਦੇਵ ਰਾਜ ਨੇ ਉਸਦੀ ਮਾਂ 'ਤੇ ਚਾਕੂ ਨਾਲ ਕਈ ਵਾਰ ਕਰਕੇ ਉਸਨੂੰ ਮੌਤ ਦੇ ਘਾਟ ਉਤਾਰ ਦਿੱਤਾ। ਉਸਦੀ ਮੌਕੇ 'ਤੇ ਹੀ ਮੌਤ ਹੋ ਗਈ। ਵਾਰਦਾਤ ਤੋਂ ਬਾਅਦ ਚਾਚਾ ਮੌਕੇ ਤੋਂ ਫਰਾਰ ਹੋ ਗਿਆ। ਥਾਣਾ ਮੁਖੀ ਨੇ ਦੱਸਿਆ ਕਿ ਦੋਸ਼ੀ ਖਿਲਾਫ਼ ਮਾਮਲਾ ਦਰਜ ਕਰ ਲਿਆ ਗਿਆ ਹੈ, ਜਿਸ ਦੀ ਭਾਲ ਜਾਰੀ ਹੈ। ਤਰਸੇਮ ਲਾਲ ਵਾਸੀ ਦਸਾਂਝ ਕਲਾਂ, ਇਸ ਦੇ ਨਾਲ ਸੋਹਣ ਲਾਲ ਪੁੱਤਰ ਭਜਨ ਲਾਲ ਵਾਸੀ ਮੁਖਰੀਆਣਾ ਮੌਕਾ ਵੀ ਹਾਜ਼ਰ ਆਏ। ਪ੍ਰਿਆ ਨੇ ਆਪਣਾ ਬਿਆਨ ਤਰੀਰ ਕਰਾਇਆ ਕਿ ਉਸਦੀ ਮਾਤਾ ਜਸਵਿੰਦਰ ਕੌਰ ਜੱਸੀ ਕੱਲ੍ਹ ਆਪਣੇ ਚਾਚੇ ਪਵਨ ਕੁਮਾਰ ਦੇ ਘਰ ਗਏ ਸੀ, ਜਿੱਥੇ ਮੇਰੀ ਮਾਤਾ ਦਾ ਕਿਸੇ ਕਾਰਨ ਕਰਕੇ ਪਵਨ ਕੁਮਾਰ ਨਾਲ ਝਗੜਾ ਹੋ ਗਿਆ। ਪਵਨ ਕੁਮਾਰ ਨੇ ਮੇਰੀ ਮਾਤਾ ਦੇ ਗਲ ਵਿੱਚ ਛੁਰੇ ਮਾਰ ਕੇ ਉਸਨੂੰ ਮਾਰ ਦਿੱਤਾ। ਮਾਤਾ ਨਾਨ ਕਰਕੇ ਮੈਂ ਮਾਤਾ ਦਾ ਪਤਾ ਲੈਣ ਗਈ। ਜਦੋਂ ਮੈਂ ਪਵਨ ਕੁਮਾਰ ਦੇ ਘਰ ਪੁੱਜੀ ਤਾਂ ਪਵਨ ਕੁਮਾਰ ਮੇਰੀ ਮਾਤਾ ਦੇ ਗਲ ਵਿੱਚ ਛੁਰੇ ਮਾਰ ਰਿਹਾ ਸੀ। ਮੈਂ ਅੰਦਰ ਵੜਦੇ ਹੀ ਪਵਨ ਕੁਮਾਰ ਨੇ ਕਿਹਾ, ਜੇ ਤੂੰ ਅੱਗੇ ਵਧੀ ਜਾਂ ਕਿਸੇ ਨੂੰ ਰੌਲਾ ਪਾਇਆ ਤਾਂ ਤੇਰਾ ਵੀ ਇਹ ਹਜ਼ਰ ਹੋਵੇਗਾ ਜੋ ਤੇਰੀ ਮਾਤਾ ਦਾ। ਮੈਂ ਡਰਦੇ ਮਾਰੇ ਆ ਕੇ ਆਪਣੇ ਚਾਚੇ ਵਿਨੋਦ ਕੁਮਾਰ ਅਤੇ ਦੀਪਕ ਰਾਏ ਨੂੰ ਦੱਸਿਆ, ਜਿਹੜੇ ਮੌਕਾ 'ਤੇ ਮੇਰੀ ਮਾਤਾ ਨੂੰ ਛਡਾਉਣ ਲਈ ਆਏ, ਜਿਨ੍ਹਾਂ ਨੂੰ ਦੇਖ ਕੇ ਮੌਕਾ ਤੋਂ ਪਵਨ ਕੁਮਾਰ ਛੁਰੇ ਸਮੇਤ ਭੱਜ ਗਿਆ। ਮਾਮਲਾ ਦਰਜ ਹੋ ਗਿਆ ਜੀ? ਹਾਂ, ਜਿਸ ਦੇ ਮਾਮਲਾ ਦਰਜ ਕਰਕੇ
ਧਾਰਾ 302 ਅੰਦਰ ਦੋਸ਼ੀ ਦੀ ਭਾਲ ਕੀਤੀ ਜਾ ਰਹੀ। ਸੰਗਰੂਰ ਦੇ ਨੇੜਲੇ ਪਿੰਡ ਗੁਰਦਾਸਪੁਰਾ ਵਿਖੇ 2 ਗੱਡੀਆਂ ਦੀ ਟੱਕਰ ਵਿੱਚ 5 ਲੋਕਾਂ ਦੇ ਜ਼ਖਮੀ ਹੋਣ ਦਾ ਸਮਾਚਾਰ ਮਿਲਿਆ ਹੈ। ਜਾਣਕਾਰੀ ਦਿੰਦਿਆਂ ਸਿਵਲ ਹਸਪਤਾਲ ਦੇ ਐਮਰਜੈਂਸੀ ਵਾਰਡ ਦੇ ਇੰਚਾਰਜ ਡਾਕਟਰ ਬਲਜੀਤ ਸਿੰਘ ਨੇ ਦੱਸਿਆ ਕਿ ਜ਼ਖਮੀਆਂ ਦੇ ਦੱਸਣ ਮੁਤਾਬਕ ਜਗਸੀਰ ਸਿੰਘ ਅਤੇ ਉਸਦੀ ਪਤਨੀ ਰਵਿੰਦਰ ਕੌਰ ਵਾਸੀ ਲੱਡਾਂ ਅਤੇ ਉਹਨਾਂ ਨਾਲ ਜਸਵੀਰ ਕੌਰ ਵਾਸੀ ਬਗਰੌਲ, ਪ੍ਰਕਾਸ਼ ਕੌਰ ਲੱਡਾ ਅਤੇ ਕਿਰਨਦੀਪ ਕੌਰ ਵਾਸੀ ਗੁਮਟੀ ਅਲਟੋ ਗੱਡੀ ਰਾਹੀਂ ਪਿੰਡ ਲੱਡਾ ਨੂੰ ਜਾ ਰਹੇ ਸਨ। ਇਸ ਦੌਰਾਨ ਸਾਹਮਣੇ ਆ ਰਹੀ ਸਵਿਫਟ ਕਾਰ ਨੇ ਉਹਨਾਂ ਦੀ ਕਾਰ ਨੂੰ ਟੱਕਰ ਮਾਰ ਦਿੱਤੀ। ਇਸ ਹਾਦਸੇ ਵਿੱਚ ਆਲਟੋ ਸਵਾਰ ਲੋਕ ਗੰਭੀਰ ਜ਼ਖਮੀ ਹੋ ਗਏ। ਜ਼ਖਮੀਆਂ ਨੂੰ ਸਿਵਲ ਹਸਪਤਾਲ ਸੰਗਰੂਰ ਲਿਆਂਦਾ ਗਿਆ, ਜਿੱਥੇ ਉਹਨਾਂ ਦੀ ਹਾਲਤ ਗੰਭੀਰ ਹੋਣ ਕਾਰਨ ਉਹਨਾਂ ਨੂੰ ਪਟਿਆਲਾ ਰੈਫਰ ਕਰ ਦਿੱਤਾ ਗਿਆ। ਲੁਧਿਆਣਾ ਦੇ ਮੁੱਲਾਪੁਰ ਦਾਖਾ ਤੋਂ ਸ਼੍ਰੋਮਣੀ ਅਕਾਲੀ ਦਲ ਬਾਦਲ ਦੇ ਉਮੀਦਵਾਰ ਮਨਪ੍ਰੀਤ ਤਿਆਲੀ ਨੇ ਅੱਜ ਆਪਣਾ ਨਾਮਜ਼ਦਗੀ ਪੱਤਰ ਭਰਿਆ। ਇਸ ਮੌਕੇ ਉਹਨਾਂ ਨਾਲ ਪਾਰਟੀ ਆਗੂ ਬਿਕਰਮ ਸਿੰਘ ਮਜੀਠੀਆ, ਸ਼ਰਨਜੀਤ ਸਿੰਘ ਢਿੱਲੋਂ ਅਤੇ ਲੁਧਿਆਣਾ ਦੀ ਸੀਨੀਅਰ ਅਕਾਲੀ ਲੀਡਰਸ਼ਿਪ ਵੀ ਮੌਜੂਦ ਸੀ। ਇਸ ਦੇ ਨਾਲ ਹੀ ਆਮ ਆਦਮੀ ਪਾਰਟੀ ਦੇ ਉਮੀਦਵਾਰ ਅਮਨਦੀਪ ਸਿੰਘ ਮੋਹੀ ਨੇ ਵੀ ਵਿਰੋਧੀ ਧਿਰ ਦੀ ਉਪ ਆਗੂ ਸਰਬਜੀਤ ਕੌਰ ਮਾਣੂਕੇ ਦੀ ਹਾਜ਼ਰੀ ਵਿੱਚ SDM ਲੁਧਿਆਣਾ ਪੱਛਮੀ ਅਮਰਿੰਦਰ ਸਿੰਘ ਮੱਲੀ ਕੋਲ ਆਪਣੇ ਨਾਮਜ਼ਦਗੀ ਕਾਗਜ਼ ਦਾਖਲ ਕਰਵਾਏ। ਪ੍ਰਧਾਨ ਸਾਹਿਬ ਸੁਖਬੀਰ ਸਿੰਘ ਬਾਦਲ ਜੀ ਦਾ ਤਹਿ ਦਿਲ ਤੋਂ ਧੰਨਵਾਦ ਕਰਦਾ ਕਿ ਉਹ ਮੇਰੇ 'ਤੇ ਬਹੁਤ ਵੱਡਾ ਵਿਸ਼ਵਾਸ ਭਰੋਸਾ ਕਰਕੇ ਇਸ ਬਾਈ ਇਲੈਕਸ਼ਨ ਦੇ ਵਿੱਚ ਮੈਨੂੰ ਪਾਰਟੀ ਦਾ ਉਮੀਦਵਾਰ ਬਣਾ ਕੇ ਲੋਕਾਂ ਦੀ ਕਚਹਿਰੀ ਵਿੱਚ ਭੇਜਿਆ। ਪਿਛਲੇ 10 ਸਾਲ ਪੰਜਾਬ ਦੇ ਵਿੱਚ ਸ਼੍ਰੋਮਣੀ ਅਕਾਲੀ ਦਲ BJP ਦੀ ਸਰਕਾਰ ਰਹੀ, ਉਸ ਸਮੇਂ ਬਾਦਲ ਸਾਹਿਬ ਦੀ ਅਗਵਾਈ ਦੇ ਵਿੱਚ, ਸੁਖਬੀਰ ਸਿੰਘ ਬਾਦਲ ਜੀ ਦੀ ਅਗਵਾਈ ਦੇ ਵਿੱਚ ਪੰਜਾਬ ਦੇ ਅੰਦਰ ਬਹੁਤ ਵੱਡੇ ਜਿਹੜੇ ਡਿਵੈਲਪਮੈਂਟ ਦੇ ਕੰਮ ਹੋਏ ਨੇ, ਵੱਡੇ ਵੱਡੇ ਪ੍ਰੋਜੈਕਟ ਲੱਗੇ ਨੇ। ਚਾਹੇ ਅਸੀਂ 4 ਮਾਰਗੀ ਸੜਕਾਂ, 6 ਮਾਰਗੀ ਸੜਕਾਂ, ਫਲਾਈਓਵਰ, ਅੰਡਰਪਾਸ, ਬਾਈਪਾਸ, ਜੋ ਕੁਛ ਵੀ ਬਣਿਆ, ਚਾਹੇ 24 ਘੰਟੇ ਬਿਜਲੀ ਮਿਲ ਰਹੀ ਆ, ਪਿੰਡਾਂ ਦੀ ਸ਼ਹਿਰਾਂ ਦੀ ਡਿਵੈਲਪਮੈਂਟ ਹੋਈ ਆ, ਜਿਹੜੀਆਂ ਬੇਸਿਕ ਅਮਿਊਨਿਟੀਜ਼ ਨੇ ਲੋਕਾਂ ਨੂੰ ਦਿੱਤੀਆਂ ਗਈਆਂ ਨੇ, ਉਹਦੇ ਨਾਲ ਲੋਕਾਂ ਨੂੰ ਸਹੂਲਤਾਂ ਵੀ ਮਿਲੀਆਂ ਨੇ। ਅਤੇ ਜੇ ਕੌਂਸਟੀਚੁਐਂਸੀ ਦਾਖਲੇ ਤੁਸੀਂ ਗੱਲ ਕਰਦੇ ਹੋ, ਤੁਸੀਂ ਜਾ ਕੇ ਉੱਥੇ ਆਪਣੇ ਆਪ ਹੀ ਦੇਖ ਲਓ, ਜਿਹੜੇ ਉੱਥੇ ਡਿਵੈਲਪਮੈਂਟ ਦੇ ਕੰਮ ਹੋਏ ਨੇ ਉਹ ਸਭ ਤੋਂ ਹਟ ਕੇ ਹੋਏ ਨੇ। ਜਿਹੜੇ ਰਵਾਇਤੀ ਕੰਮ ਸਾਰੇ ਛੱਡ ਦਈਏ ਜੇ, ਤਾਂ ਜਿਹੜੇ ਸਪੋਰਟਸ ਪਾਰਕ ਬਣੇ ਆ ਉਹ ਇੱਕ ਵੱਖਰੀ ਪਹਿਚਾਣ ਆ ਉਸ ਇਲਾਕੇ ਦੀ। ਅਸੀਂ ਜਿਹੜੇ ਅਮਨਦੀਪ ਮੋਹੀ ਜੀ ਆ, ਉਹ ਮੋਹੀ ਪਿੰਡ ਦੇ ਜੰਮਪਲ ਆ, ਇੱਥੇ ਸ਼ੁਰੂ ਤੋਂ ਪੜ੍ਹੇ ਆ। ਇਹ ਬੱਚਾ ਪਾਰਟੀ ਨੇ ਇਸ ਕਰਕੇ ਚੂਜ਼ ਕੀਤਾ, ਇਹ ਕਿਸਾਨੀ ਦਾ ਦਰਦ ਚੰਗੀ ਤਰ੍ਹਾਂ ਸਮਝਦਾ, ਕਿਉਂਕਿ ਇਹ ਗਰੀਬ ਕਿਸਾਨ ਦਾ ਬੱਚਾ। ਦੂਸਰੀ ਗੱਲ, ਬੇਰੁਜ਼ਗਾਰੀ ਦਾ ਦਰਦ ਸਮਝਦਾ। 31 ਸਾਲ ਦਾ ਬੱਚਾ ਸਾਡਾ, ਅਜੇ ਤਾਂ ਵਿਆਹਿਆ ਵਰਿਆ, 2 ਬੱਚੇ ਆ ਜਿਹਨੂੰ ਕੋਈ ਨੌਕਰੀ ਮਿਲਣੀ ਮਿਲੀ, ਅਤੇ ਸਾਰੇ ਦਰਦ ਇਹਨੇ ਪਿੰਡੇ 'ਤੇ ਹਟਾਏ ਹੋਏ ਆ। ਅਤੇ ਮੈਨੂੰ ਪੂਰੀ ਆਸ ਆ ਵੀ ਅਮਨਦੀਪ ਸਿੰਘ ਮੋਹੀ ਵਧੀਆ ਕੈਂਡੀਡੇਟ ਬਣ ਕੇ ਉਮੀਦਵਾਰ ਮੈਦਾਨ 'ਚ ਉਤਰੇਗਾ, ਅਤੇ ਲੋਕਾਂ ਨੇ ਉਮੀਦਾਂ 'ਤੇ ਖਰਾ ਉਤਰੇਗਾ। ਮਨਰੇਗਾ ਵਰਕਰਾਂ ਅਤੇ ਮੁਲਾਜ਼ਮਾਂ ਵੱਲੋਂ ਆਪਣੀਆਂ ਹੱਕੀ ਮੰਗਾਂ ਨੂੰ ਲੈ ਕੇ ਅੱਜ DC ਦਫ਼ਤਰ ਦੇ ਸਾਹਮਣੇ ਜ਼ੋਰਦਾਰ ਮੁਜ਼ਾਹਰਾ ਕੀਤਾ ਗਿਆ। ਇਸ ਦੌਰਾਨ ਕੈਪਟਨ ਅਮਰਿੰਦਰ ਸਿੰਘ ਦਾ ਪੁਤਲਾ ਵੀ ਫੂਕਿਆ ਗਿਆ। ਮਨਰੇਗਾ ਮੁਲਾਜ਼ਮ ਅਤੇ ਯੂਨੀਅਨ ਦੇ ਆਗੂਆਂ ਨੇ ਮੰਗ ਕੀਤੀ ਕਿ ਉਹਨਾਂ ਨੂੰ ਪੱਕਾ ਕੀਤਾ ਜਾਵੇ ਅਤੇ ਉਹਨਾਂ ਦਾ ਬਣਦਾ ਹੱਕ ਉਹਨਾਂ ਨੂੰ ਦਿੱਤਾ ਜਾਵੇ। ਮਨਰੇਗਾ ਮੁਲਾਜ਼ਮਾਂ ਨੇ ਕਿਹਾ ਕਿ ਸਰਕਾਰ ਧੱਕੇਸ਼ਾਹੀ ਕਰ ਰਹੀ ਹੈ, ਜਦਕਿ ਉਹ ਪਿੰਡਾਂ ਵਿੱਚ ਵਿਕਾਸ ਕਰਵਾਉਂਦੇ ਨੇ। ਉਹਨਾਂ ਕਿਹਾ ਕਿ ਕੇਂਦਰ ਸਰਕਾਰ ਇਹ ਵਿਕਾਸ ਕਰਵਾ ਰਹੀ ਹੈ, ਜਦਕਿ ਪੰਜਾਬ ਸਰਕਾਰ ਇਸ 'ਤੇ ਖੁਦ ਕ੍ਰੈਡਿਟ ਲੈਣ ਦੀ ਕੋਸ਼ਿਸ਼ ਕਰ ਰਹੀ ਹੈ। ਮਨਰੇਗਾ ਮੁਲਾਜ਼ਮਾਂ ਨੇ ਕਿਹਾ ਕਿ ਜਦੋਂ ਤੱਕ ਸਰਕਾਰ ਨੇ ਉਹਨਾਂ ਦੀਆਂ ਮੰਗਾਂ ਨਾ ਮੰਨੀਆਂ, ਉਹ ਸੰਘਰਸ਼ ਜਾਰੀ ਰੱਖਣਗੇ ਅਤੇ ਆਪਣੀ ਆਵਾਜ਼ ਬੁਲੰਦ ਕਰਦੇ ਰਹਿਣਗੇ। ਅਸੀਂ ਪਿਛਲੇ 10 ਸਾਲਾਂ ਤੋਂ ਘੱਟੋ ਘੱਟ ਆਰਜ਼ੀ ਤੌਰ 'ਤੇ ਕੰਮ ਕਰ ਰਹੇ ਹਾਂ ਨਰੇਗਾ ਦੇ ਵਿੱਚ। ਜੋ ਵਿਕਾਸ ਦੇ ਕੰਮਾਂ ਦਾ ਰੌਲਾ ਪਾ ਰਹੀ ਹੈ ਸਰਕਾਰ ਇਸ ਟਾਈਮ, ਵੀ ਅਸੀਂ ਵਿਕਾਸ ਕਰ ਰਹੇ ਹਾਂ, ਅਸੀਂ ਵਿਕਾਸ ਕਰ ਰਹੇ ਹਾਂ, ਜਦਕਿ ਇਹ ਸਾਰਾ ਅਸੀਂ ਨਰੇਗਾ ਰਾਹੀਂ ਕਰਾ ਰਹੇ ਹਾਂ, ਸੈਂਟਰ ਦਾ ਪੈਸਾ ਲਵਾ ਰਹੇ ਹਾਂ, ਇਹ ਫੋਕੀਆਂ ਗੱਲਾਂ ਕਰੀਆਂ ਨੇ। ਅਤੇ ਅੱਜ ਜੇਕਰ ਅਸੀਂ ਆਪਣੇ ਹੱਕ ਮੰਗੇ ਨੇ ਤਾਂ ਸਾਨੂੰ ਕੱਢਣ ਦਾ ਕਲੀਨ ਆਫ ਆ ਗਈ ਆ, ਇਹ ਕਹਿ ਰਹੇ ਨੇ ਤੁਹਾਨੂੰ ਕੱਢ ਦਾਂਗੇ ਅਸੀਂ। ਪਰ ਅਸੀਂ ਇਹਨਾਂ ਨੂੰ ਦੱਸਣਾ ਚਾਹੁੰਦੇ ਹਾਂ ਵੀ ਜੇਕਰ ਸਾਡੇ ਨਾਲ ਕੋਈ ਟਰਮੀਨੇਸ਼ਨ ਦੀ ਗੱਲ ਚੱਲਦੀ ਹੈ ਜਾਂ ਇਹੋ ਜਿਹਾ ਨਾ ਸਾਡੀਆਂ ਮੰਗਾਂ ਮੰਨੀਆਂ ਗਈਆਂ, ਤਾਂ ਅਸੀਂ ਜਿਹੜੀਆਂ ਜਿਮਣੀ ਚੋਣਾਂ ਨੇ ਉਹਦੇ ਵਿੱਚ ਇਹਨਾਂ ਦੇ ਕੈਂਡੀਡੇਟਾਂ ਦਾ ਨਿਕਲਣਾ ਦੁੱਬਰ ਕਰ ਦਾਂਗੇ। ਅਸੀਂ ਵੱਧ ਤੋਂ ਵੱਧ ਜਿਹੜਾ ਸਾਡੇ ਨਾਲ ਲੇਬਰਾਂ ਜਿਨ੍ਹਾਂ ਤੋਂ ਅਸੀਂ ਕੰਮ ਕਰਾਉਂਦੇ ਹਾਂ, ਉਹ ਲੇਬਰਾਂ ਨੂੰ ਅਸੀਂ ਪਿੰਡਾਂ ਦੇ ਵਿੱਚੋਂ ਲੈ ਕੇ ਵੱਧ ਤੋਂ ਵੱਧ ਇਕੱਠ ਕਰਾਂਗੇ ਅਤੇ ਇਹਨਾਂ ਦਾ ਪਿੱਟ ਸਿਆਪਾ ਚੰਗੀ ਤਰ੍ਹਾਂ ਕਰਾਂਗੇ। ਸਰਕਾਰ ਦੀਆਂ ਪਾਲਿਸੀਆਂ ਨੇ ਜੋ ਗੰਦੀਆਂ ਪਾਲਿਸੀਆਂ ਨੇ, ਗੰਦੀਆਂ ਨੀਤੀਆਂ ਨੇ, ਲੋਕਾਂ ਦੇ ਖਿਲਾਫ਼ ਨੇ, ਮੁਲਾਜ਼ਮਾਂ ਦੇ ਖਿਲਾਫ਼ ਨੇ, ਕਿਸਾਨਾਂ ਦੇ ਖਿਲਾਫ਼ ਨੇ, ਇਹ ਰੁਜ਼ਗਾਰ ਦਾ ਰੌਲਾ ਪਾ ਰਹੇ ਨੇ, ਇਹ ਮੇਲੇ ਰੁਜ਼ਗਾਰ ਮੇਲੇ ਲਾ ਰਹੇ ਨੇ ਪਿੰਡਾਂ ਦੇ ਵਿੱਚ ਵੀ ਅਸੀਂ ਰੁਜ਼ਗਾਰ ਤਾਂ ਲੋਕਾਂ ਨੂੰ 10 ਲੱਖ ਰੁਜ਼ਗਾਰ ਦਿੱਤਾ, ਪਰ ਜਦਕਿ ਇਹ ਸਾਰੀਆਂ ਇਹ ਫੋਕੀਆਂ ਗੱਲਾਂ ਨੇ, ਕਿਸੇ ਨੂੰ ਕੋਈ ਰੁਜ਼ਗਾਰ ਨਹੀਂ ਦਿੱਤਾ। ਪੂਰੇ ਪੰਜਾਬ ਲੈਵਲ 'ਤੇ ਅਸੀਂ ਇਹ ਧਰਨੇ ਮੁਜ਼ਾਹਰੇ ਚੰਗੀ ਤਰ੍ਹਾਂ ਕਰਾਂਗੇ ਅਤੇ ਇਹਨਾਂ ਨੂੰ ਅਸੀਂ ਸੀਟਾਂ ਨਹੀਂ ਕੱਢਣ ਦਿੰਦੇ। ਪੰਜਾਬ ਦੇ ਕਈ ਇਲਾਕਿਆਂ ਵਿੱਚ ਅੱਜ ਭਾਰੀ ਮੀਂਹ ਪਿਆ। ਕਈ ਥਾਈਂ ਅਸਮਾਨ ਵਿੱਚ ਚਾਰੇ ਪਾਸੇ ਸੰਘਣੇ ਕਾਲੇ ਬੱਦਲ ਛਾਏ ਰਹੇ। ਮੋਹਾਲੀ, ਜਲੰਧਰ, ਪਟਿਆਲਾ, ਅੰਮ੍ਰਿਤਸਰ, ਲੁਧਿਆਣਾ ਸਮੇਤ ਕਈ ਹੋਰ ਇਲਾਕਿਆਂ ਵਿੱਚ ਅੱਜ ਸਵੇਰੇ ਜ਼ੋਰਦਾਰ ਬਾਰਿਸ਼ ਹੋਈ। ਇਸ ਤੋਂ ਇਲਾਵਾ ਚੰਡੀਗੜ੍ਹ ਵਿੱਚ ਬਾਰਿਸ਼ ਦਾ ਅਸਰ ਦੇਖਣ ਨੂੰ ਮਿਲਿਆ, ਜਿਸ ਦੌਰਾਨ ਲੋਕਾਂ ਨੂੰ ਗਰਮੀ ਤੋਂ ਰਾਹਤ ਮਿਲੀ। ਇਸ ਦੇ ਨਾਲ ਹੀ ਅਜੀਤ ਖਬਰਾਂ ਦਾ ਇਹ ਬੁਲੇਟਿਨ ਖਤਮ ਹੁੰਦਾ ਹੈ। ਕੁਝ ਹੋਰ ਨਵੀਆਂ ਖਬਰਾਂ ਨਾਲ ਫਿਰ ਤੋਂ ਹਾਜ਼ਰ ਹੋਵਾਂਗੇ। ਤਦ ਤੱਕ ਲਈ ਆਗਿਆ ਦਿਓ, ਸਤਿ ਸ਼੍ਰੀ ਅਕਾਲ।